ਕਰੋੜਾਂ ਪੰਜਾਬੀ ਜਿਹੜੇ ਵੱਸਦੇ ਨੇ ਅੱਜ ਉਹ ਅੱਖਾਂ ਲਾ ਕੇ ਵੇਖ ਰਹੇ ਨੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜਸਟਿਸ ਰਣਜੀਤ ਸਿੰਘ ਦੀ ਕਮਿਸ਼ਨ ਬਾਰੇ ਕੀ ਵਿਚਾਰ ਕੀਤਾ ਜਾ ਰਿਹਾ। ਮੇਰੀ ਤੁਸੀਂ ਡਿਊਟੀ ਲਾਈ ਹੈ, ਮੈਂ ਬੇਨਤੀ ਕਰਦਾ ਕਿ ਬਹੁਤ ਦੁਖਦਾਈ ਮਸਲਾ, ਪਹਿਲਾਂ ਤਾਂ ਬੋਲਣ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਕਿ ਬੜਾ ਸੀਰੀਅਸ ਮਾਮਲਾ ਹੈ, ਇਹਦੀ ਇੰਟਰਪਸ਼ਨ ਦੀ ਇਜਾਜ਼ਤ ਨਾ ਦਿੱਤੀ ਜਾਵੇ, ਕਿਉਂਕਿ ਕਈ ਲੋਕਾਂ ਨੂੰ ਆਦਤ ਹੈ ਕਿ ਹਰ ਗੱਲ 'ਤੇ ਇੰਟਰਪਸ਼ਨ ਕਰਨੀ ਹੈ, ਕਿਉਂਕਿ ਜੇ ਇੰਟਰਪਸ਼ਨ ਹੋ ਗਈ ਤਾਂ ਮਸਲਾ ਠੀਕ ਨਹੀਂ ਹੋਣਾ। ਮੈਂ ਸਭ ਤੋਂ ਪਹਿਲਾਂ ਜਸਟਿਸ ਰਣਜੀਤ ਸਿੰਘ ਜੀ ਨੇ ਜਿਹੜੀ ਰਿਪੋਰਟ ਕੱਲ੍ਹ ਸਬਮਿਟ ਕੀਤੀ ਹੈ ਉਹਦੇ ਵਿੱਚ ਕੁਝ ਘਟਨਾਵਾਂ ਦਾ ਵਰਣਨ ਕੀਤਾ ਗਿਆ, ਉਹਦੇ ਬਾਰੇ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਗੱਲ ਕਹੀ ਗਈ ਹੈ ਕਿ ਕੁਝ ਬੰਦੇ ਜਿਹੜੇ ਡੇਰਾ ਸੱਚਾ ਸੌਦਾ ਨਾਲ ਸੰਬੰਧਿਤ ਸਨ, ਜਿਹਦੇ ਵਿੱਚ ਇੱਕ ਸੁਖਜਿੰਦਰ ਸਿੰਘ ਅਤੇ ਇੱਕ ਰਣਦੀਪ ਸਿੰਘ, ਉਹਨਾਂ ਨੇ ਪਿੰਡ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਔਰ ਜਿਹੜਾ ਗੁਰਦੁਆਰਾ ਜਵਾਹਰ ਸਿੰਘ ਵਾਲਾ ਦਾ ਉਹਦੇ ਸਾਹਮਣੇ ਇੱਕ ਦੁਕਾਨ ਸੀ ਗੁਰਦੇਵ ਸਿੰਘ ਦੀ, ਉਹਨਾਂ ਨੇ ਬੀੜ ਚੋਰੀ ਕਰਕੇ ਲੈ ਗਏ। ਇਹ 1 ਜੂਨ 2015 ਦੀ ਗੱਲ ਹੈ ਜੀ। ਅਤੇ ਬੀੜ ਚੋਰੀ ਕਰਨ ਤੋਂ ਬਾਅਦ ਇਹਨਾਂ ਨੇ 24 ਸਤੰਬਰ ਨੂੰ ਉੱਥੇ ਪੋਸਟਰ ਲਾ ਦਿੱਤੇ ਕਿ ਇਹ ਬੀੜ ਦੇ ਪੱਤਰੇ ਖਿਲਾਰ ਦਿੱਤੇ ਜਾਣਗੇ, ਸਾਡੇ ਮਹਾਰਾਜ ਦੀ ਜਿਹੜੀ ਫਿਲਮ ਹੈ MSG 2 ਉਹਨੂੰ ਪੰਜਾਬ ਦੇ ਵਿੱਚ ਰਿਲੀਜ਼ ਕੀਤਾ ਜਾਵੇ। ਔਰ ਮੈਂ ਇੱਥੇ ਬੇਨਤੀ ਕਰਨਾ ਚਾਹੁੰਦਾ ਕਿ 24 ਸਤੰਬਰ ਦੀ ਘਟਨਾ ਅਤੇ 24 ਸਤੰਬਰ ਵਾਲੇ ਦਿਨ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਸਾਹਿਬ ਭਾਈ ਗੁਰਬਚਨ ਸਿੰਘ ਜੀ ਨੇ ਇੱਕ ਫੈਸਲਾ ਸੁਣਾ ਦਿੱਤਾ ਕਿ ਅਸੀਂ ਸੰਤ ਰਾਮ ਰਹੀਮ ਨੂੰ ਮਾਫ ਕਰਦੇ ਹਾਂ। ਔਰ ਜਿਹੜੀ ਕਿ ਰਿਪੋਰਟ ਦੇ ਵਿੱਚ ਵੀ ਦਰਜ ਹੈ, ਔਰ ਉਸ 24 ਸਤੰਬਰ ਤੋਂ ਪਹਿਲਾਂ 16 ਸਤੰਬਰ ਵਾਲੇ ਦਿਨ ਸਿੰਘ ਸਾਹਿਬਾਨਾਂ ਨੂੰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਾਹਿਬ ਦੀ ਕੋਠੀ ਵਿੱਚ ਬੁਲਾਇਆ ਗਿਆ, ਉੱਥੇ ਡਾਇਰੈਕਸ਼ਨ ਦਿੱਤੀ ਗਈ, ਉੱਥੇ ਜਹੇਦਾਰ ਇਕਬਾਲ ਸਿੰਘ ਵੀ ਸੀ, ਉੱਥੇ ਜਹੇਦਾਰ ਗੁਰਮੁਖ ਸਿੰਘ ਵੀ ਸੀ, ਉੱਥੇ ਇੱਕ ਹਿੰਦੀ ਦੀ ਲੈਟਰ ਬਾਬੇ ਰਾਮ ਰਹੀਮ ਵੱਲੋਂ ਦਿੱਤੀ ਗਈ ਕਿ ਮੈਂ ਮਾਫ਼ੀ ਚਾਹੁੰਦਾ। ਪਰ ਜਦੋਂ 24 ਸਤੰਬਰ ਨੂੰ ਮਾਮਲਾ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਂਦਿਆ ਗਿਆ, ਉਹ ਚਿੱਠੀ ਪੰਜਾਬੀ ਦੀ ਬਣ ਗਈ ਔਰ ਉਹਦੇ ਉੱਪਰ ਪਤਾ ਨਹੀਂ ਦਸਤਖਤ ਇਹਨਾਂ ਨੇ ਆਪ ਕੀਤੇ ਜਾਂ ਕਿਹਨੇ ਕੀਤੇ, ਔਰ ਉਹ ਚਿੱਠੀ ਦੇ ਬਹਾਨੇ ਉੱਥੋਂ ਮਾਫ਼ੀ ਦੇ ਦਿੱਤੀ ਗਈ। ਔਰ ਮੈਂ ਉਸ ਤੋਂ ਬਾਅਦ ਦੱਸਣਾ ਚਾਹੁੰਦਾ ਕਿ 24 ਸਤੰਬਰ ਤੋਂ ਬਾਅਦ 12 ਅਕਤੂਬਰ ਵਾਲੇ ਦਿਨ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਖਿਲਾਰਾਂਗੇ, ਉਹ ਪੱਤਰੇ ਬਰਗਾੜੀ ਪਿੰਡ ਦੇ ਵਿੱਚ ਖਿਲਾਰ ਦਿੱਤੇ ਗਏ 12 ਅਕਤੂਬਰ ਵਾਲੇ ਦਿਨ। ਔਰ ਜਦੋਂ ਪੱਤਰੇ ਖਿਲਾਰੇ ਲੋਕਾਂ ਦੇ ਵਿੱਚ ਬੜੀ ਭੜਕਾਹਟ ਆਈ, ਉਹਨਾਂ ਨੇ ਕੋਟਕਪੂਰੇ ਧਰਨਾ ਦੇ ਦਿੱਤਾ, ਔਰ ਜਦੋਂ ਕੋਟਕਪੂਰੇ ਧਰਨਾ ਦਿੱਤਾ 13 ਤੇ 14 ਅਕਤੂਬਰ ਦੀ ਰਾਤ ਨੂੰ। ਔਰ ਮੈਂ ਦੱਸਣਾ ਚਾਹੁੰਦਾ ਕਿ ਇਹ ਜਿਹੜੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਹੈ, ਉਹਨਾਂ ਨੇ ਆਪਣੀ ਰਿਪੋਰਟ ਦੇ ਕੰਕਲੂਜਨ ਵਿੱਚ ਕਿਹਾ ਕਿ ਮੈਨੂੰ ਪਹਿਲਾਂ ਭੁਲੇਖਾ ਸੀ ਕਿ ਸ਼ਾਇਦ ਇਹਦੇ ਪਿੱਛੇ ਕੌਂਸਪੀਰੇਸੀ CMO ਦੀ ਹੈ, ਮੁੱਖ ਮੰਤਰੀ ਦੇ ਦਫ਼ਤਰ ਦੀ ਹੈ। ਪਰ ਜਦੋਂ ਕਹਿੰਦੇ ਮੈਂ ਇਨਵੈਸਟੀਗੇਸ਼ਨ ਕਰ ਰਿਹਾ ਸੀ, ਹੌਲੀ ਹੌਲੀ ਕਰਦਿਆਂ ਕਰਦਿਆਂ ਇੱਕ ਦਿਨ ਸਾਬਕਾ DGP ਸਮੀਰ ਸਿੰਘ ਸੈਣੀ ਦਾ ਮੈਨੂੰ ਟੈਲੀਫੋਨ ਆਇਆ ਕਿ ਮੈਂ ਵੀ ਆਪਣੀ ਡਿਪੋਜੀਸ਼ਨ ਦੇਣਾ ਚਾਹੁੰਦਾ, ਮੈਂ ਆਪਣਾ ਐਫੀਡੇਵਿਟ ਦੇਣਾ ਚਾਹੁੰਦਾ। ਔਰ ਉਹਨਾਂ ਨੇ ਐਫੀਡੇਵਿਟ ਵਿੱਚ ਮੰਨਿਆ ਕਿ 13 ਅਕਤੂਬਰ ਅਤੇ 14 ਅਕਤੂਬਰ ਦੀ ਜਿਹੜੀ ਦਰਮਿਆਨੀ ਰਾਤ ਸੀ, ਰਾਤ ਨੂੰ 2 ਵਜੇ ਮੈਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਦਾ ਫੋਨ ਆਇਆ ਕਿ ਤੁਸੀਂ ਕੀ ਕਾਰਵਾਈ ਕਰ ਰਹੇ ਹੋ, ਧਰਨਾ ਉੱਥੇ ਕੋਟਕਪੂਰੇ ਦੇ ਚੌਂਕ ਵਿੱਚ ਲੱਗਾ। ਉਹ ਕਹਿੰਦੇ ਮੈਂ ਸਾਰੀ ਕਹਾਣੀ ਦੱਸ ਦਿੱਤੀ ਅਤੇ ਜਿਹੜੇ ਜਿਹੜੇ ਸਟੈਪ ਲੈ ਰਹੇ ਉਹਨਾਂ ਬਾਰੇ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ। ਔਰ ਉਸ ਦਿਨ ਰਾਤ ਨੂੰ 3 ਵਜੇ ਤੋਂ ਲੈ ਕੇ ਸਵੇਰ ਦੇ ਜਦੋਂ ਦਿਨ ਚੜਿਆ ਉਦੋਂ ਤੱਕ ਕਈ ਵਾਰ DGP ਸਾਹਿਬ ਦੀ ਗੱਲ ਉਮਰਾ ਨੰਗਲ ਜਿਹੜੇ IG ਨਾਲ ਹੋਈ, ਔਰ 6:50 'ਤੇ ਮੈਂ ਅੱਜ ਹੈਰਾਨ ਹੁੰਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਚੌਂਕਾਂ ਦੇ ਵਿੱਚ ਬੜੀਆਂ ਜਥੇਬੰਦੀਆਂ ਧਰਨੇ ਲਾਉਂਦੀਆਂ ਨੇ, ਕਦੇ ਇੰਨੀ ਜ਼ਿਆਦਾ ਫੋਰਸ ਅਪਲਾਈ ਨਹੀਂ ਕੀਤੀ ਗਈ। ਕੀ ਮਜਬੂਰੀ ਬਣ ਗਈ ਸੀ ਕਿ ਉਸ ਦਿਨ 14 ਤਰੀਕ ਵਾਲੇ ਦਿਨ ਸਵੇਰੇ 6:50 'ਤੇ ਸੈਕੜਿਆਂ ਦੀ ਤਾਦਾਦ ਵਿੱਚ ਪੁਲਿਸ ਨੇ ਇਕੱਠੀ ਹੋ ਕੇ, ਕਿਉਂਕਿ DGP ਸਾਹਿਬ ਨੇ ਆਰਡਰ ਕੀਤਾ ਸੀ, ਇੱਕ ਗਗਨਦੀਪ ਸਿੰਘ ਬਰਾੜ ਅਤੇ ਇੱਕ ਮਨਤਾਰ ਸਿੰਘ ਬਰਾੜ ਜਿਹੜੇ ਇਹਨਾਂ ਦੇ MLA ਨੇ, ਉਹਨਾਂ ਨੂੰ ਕਨਵੇ ਕੀਤਾ ਸੀ ਕਿ ਅਸੀਂ 10 ਮਿੰਟਾਂ ਦੇ ਵਿੱਚ ਧਰਨਾ ਇੱਥੋਂ ਚੁਕਾ ਦਿਆਂਗੇ। ਔਰ ਉਹਨਾਂ ਦੀ ਡਾਇਰੈਕਸ਼ਨ ਦੇ ਮੁਤਾਬਕ 6:50 'ਤੇ ਪੁਲਿਸ ਨੇ ਬੇਤਹਾਸ਼ਾ ਫੋਰਸ ਦਾ ਇਸਤੇਮਾਲ ਕਰਕੇ ਉਹ ਜਿਹੜੇ ਸ਼ਾਂਤਮਈ ਢੰਗ ਦੇ ਨਾਲ ਲੋਕ ਕੋਟਕਪੂਰੇ ਚੌਂਕ ਵਿੱਚ ਬੈਠੇ ਸਨ, ਜਿਹਦੇ ਵਿੱਚ ਬਹੁਤ ਸਾਰੇ ਮਹਾਂਪੁਰਸ਼ ਸਨ, ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ, ਉਹਨਾਂ 'ਤੇ ਡਾਂਗਾਂ ਭਰਾਈਆਂ ਗਈਆਂ, ਪਾਣੀ ਦੀਆਂ ਵਿਛਾੜਾਂ ਕੀਤੀਆਂ ਗਈਆਂ, ਉਹਨਾਂ ਨੂੰ ਜ਼ਬਰਦਸਤੀ ਕੁੱਟ ਮਾਰ ਕੇ ਉੱਥੋਂ ਭਜਾਇਆ ਗਿਆ। ਅਤੇ ਫਿਰ ਇਹਨਾਂ ਨੂੰ ਇਨਫੋਰਮੇਸ਼ਨ ਕਹਿੰਦੇ ਸਾਨੂੰ ਮਿਲੀ ਕਿ ਕੁਝ ਲੋਕ ਬਰਗਾੜੀ ਦੇ ਵਿੱਚ ਕੋਈ ਨਾ ਕੋਈ ਗੜਬੜ ਕਰਨਾ ਚਾਹੁੰਦੇ, ਉੱਥੇ ਪੁਲਿਸ ਦੀ ਪੋਸਟ ਦਾ ਘਿਰਾਓ ਕਰਨਾ ਚਾਹੁੰਦੇ ਆ। ਪਰ ਕਹਿੰਦੇ ਜਦੋਂ ਕੁਝ ਪੁਲਿਸ ਵਾਲੇ ਰਸਤੇ ਵਿੱਚ ਜਾ ਰਹੇ ਸੀ
ਤੇ ਬਹਿਬਲ ਕਲਾਂ ਲਾਗੇ ਜਾ ਕੇ ਉਹਨਾਂ ਨੂੰ ਸੜਕ ਬਲੋਕੇਜ ਮਿਲੀ ਤੇ ਉੱਥੇ ਜਿਹੜੇ ਚਰਨਜੀਤ ਸ਼ਰਮਾ ਉਦੋਂ ਐਸਐਸਪੀ ਮੋਗਾ ਸਨ ਉਹ ਕਹਿੰਦੇ ਅਸੀਂ ਉਹਨਾਂ ਨੂੰ ਜਾ ਕੇ ਕਹਿਣ ਦੀ ਕੋਸ਼ਿਸ਼ ਕੀਤੀ ਪਰ ਉਹ ਮੰਨੇ ਨਹੀਂ ਤੇ ਫਿਰ ਅਲਟੀਮੇਟਲੀ ਗੋਲੀ ਚੱਲ ਗਈ ਔਰ ਮੈਂ ਉਸ ਬਹਿਬਲ ਕਲਾਂ ਵਾਲੇ ਚੌਕ ਨੂੰ ਆਪ ਜਾ ਕੇ ਦੇਖਿਆ ਉਹ ਮੇਨ ਰੋਡ ਤੇ ਸਥਿਤ ਨਹੀਂ ਇੱਕ ਸਾਈਡ ਤੇ ਸੜਕ ਤੇ ਬੈਠ ਕੇ ਉਹ ਲੋਕ ਪ੍ਰੋਟੈਸਟ ਕਰ ਰਹੇ ਸਨ ਉੱਥੇ ਲੰਗਰ ਵਰਤਾ ਰਹੇ ਸਨ ਉੱਥੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ ਤੇ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਗੋਲੀਆਂ ਬਹੁਤ ਲਾਗਿਓ ਦੀਆਂ ਵੱਜੀਆਂ ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਮੀਤ ਸਿੰਘ ਦੋ ਬੰਦੇ ਉੱਥੇ ਖਤਮ ਹੋ ਗਏ ਔਰ ਉਹਨਾਂ ਨੂੰ ਗੋਲੀਆਂ 3-4 ਫੁੱਟ ਦੀ ਦੂਰੀ ਤੋਂ ਵੱਜੀਆਂ ਨੇ ਬੜੀਆਂ ਪੁਲਾਇਤ ਬਿਲਕੁਲ ਲਾਗਿਓ ਗਏ ਦੀਆਂ ਗੋਲੀਆਂ ਮਾਰੀਆਂ ਨੇ ਉਹਦੇ ਕਰਕੇ ਮੈਂ ਦੱਸਣਾ ਚਾਹੁੰਦਾ ਕਿ ਉਸ ਤੋਂ ਬਾਅਦ ਉੱਥੋਂ ਚਲੇ ਗਏ ਔਰ ਮਾਮਲਾ ਬੜਾ ਪੱਕ ਗਿਆ ਤੇ ਜਦੋਂ ਪੱਕ ਗਿਆ ਤੇ ਇਹ 14 ਤਰੀਕ ਦੀ ਘਟਨਾ ਜੀ ਤੇ 16 ਤਰੀਕ ਵਾਲੇ ਦਿਨ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹ ਮਾਫੀਨਾਮਾ ਵਾਪਸ ਲੈ ਲਿਆ 16 ਤਰੀਕ ਵਾਲੇ ਦਿਨ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਮੀਟਿੰਗ ਕੀਤੀ ਔਰ ਉਸ ਮੀਟਿੰਗ ਵਿੱਚ ਫੈਸਲਾ ਕੀਤਾ ਕਿ ਇਹ ਜਿਹੜੀ ਘਟਨਾ ਬੜੀ ਨਿੰਦਣਯੋਗ ਹੈ ਅਸੀਂ ਫੈਸਲਾ ਕਰਦੇ ਹਾਂ ਕਿ 10-10 ਲੱਖ ਰੁਪਈਆ ਦੋਵਾਂ ਪਰਿਵਾਰਾਂ ਨੂੰ ਅਸੀਂ ਦੇਵਾਂਗੇ ਜਿਹੜਾ ਕਿ ਹਾਲ ਤੱਕ ਨਹੀਂ ਦਿੱਤਾ ਗਿਆ ਔਰ ਉਹਦੇ ਨਾਲ ਨਾਲ ਇਹਨਾਂ ਨੇ ਐਸਜੀਪੀਸੀ ਨੇ ਰੈਜੋਲੂਸ਼ਨ ਕੀਤਾ ਕਿ ਇਹ ਕਾਂਡ ਦੇ ਜਿਹੜੇ ਦੋਸ਼ੀ ਆ ਉਹਨਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੋ ਕੁਝ ਘਟਨਾ ਵਾਪਰੀ ਹੈ ਦੇਖੋ ਬਹੁਤ ਦੁਖਦਾਈ ਹੈ ਹਿਰਦੇ ਬਲੁੰਦਰੇ ਗਏ ਨੇ ਔਰ ਇੱਕ ਘਟਨਾ ਅੱਜ ਤੋਂ ਕਈ ਸਾਲ ਪਹਿਲਾਂ ਸ਼੍ਰੀਨਗਰ ਵਿੱਚ ਹਜ਼ਰਤ ਬਲ ਸ਼ਰਾਈਨ ਹੈ ਉੱਥੇ ਮੁਸਲਮਾਨ ਭਰਾਵਾਂ ਦਾ ਉੱਥੇ ਮੁਹੰਮਦ ਸਾਹਿਬ ਦਾ ਵਾਲ ਚੋਰੀ ਹੋ ਗਿਆ ਸੀ ਔਰ ਇੱਕ ਵਾਲ ਚੋਰੀ ਹੋਣ ਕਰਕੇ ਐਡੇ ਵੱਡੇ ਪੱਧਰ 'ਤੇ ਕਤਲੇਆਮ ਉੱਥੇ ਬਹੁਤ ਵੱਡੇ ਪੱਧਰ 'ਤੇ ਅਗੜਜੀ ਹੋਈ ਔਰ ਉਹ ਘਟਨਾ ਤੋਂ ਬਾਅਦ ਇੱਥੇ ਪਿੰਡ ਜਵਾਹਰ ਕੇਤੇ ਜਿਹੜੀ ਸਾਡੇ ਪੰਜਾਬ ਵਿੱਚ ਘਟਨਾ ਵਾਪਰੀ ਹੈ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਬੜੇ ਪੰਜਾਬ ਦੇ ਹਾਲਾਤ ਖਰਾਬ ਰਹੇ ਹੈ ਬੜਾ ਮਿਲੀਟੈਂਸੀ ਦਾ ਯੁੱਗ ਵੀ ਰਿਹਾ ਔਰ ਬੜੇ ਬੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਜਦੋਂ ਇੱਥੇ ਛੋਟਾ ਘੱਲੂਘਾਰਾ ਵੱਡਾ ਘੱਲੂਘਾਰਾ ਹੋਇਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਦੋਂ ਵੱਡਾ ਘੱਲੂਘਾਰਾ ਹੋਇਆ ਉਹ ਕੋਪਰ ਹੀਰੇ ਦੇ ਮੈਦਾਨ ਦੇ ਵਿੱਚ ਮਲੇਰਕੋਟਲੇ ਲੱਗੇ ਹੋਇਆ ਔਰ ਉਸ ਵੇਲੇ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨੇ ਸਿੱਖਾਂ ਨੂੰ ਘੇਰਿਆ ਇੱਕ ਉਹਨਾਂ ਕੋਲ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੀ ਉਹ ਬੀੜ ਨੂੰ ਘੇਰਾ ਪਾ ਕੇ ਸਿੱਖ ਖਲੋ ਗਏ ਔਰ ਸੈਂਕੜਿਆਂ ਦੀ ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਨੂੰ ਮਾਰਿਆ ਜਾ ਰਿਹਾ ਸੀ ਪਰ ਬੀੜ ਦੀ ਪ੍ਰੋਟੈਕਸ਼ਨ ਕਰ ਰਹੇ ਸੀ ਕਿ ਬੀੜ ਅਸੀਂ ਕਿਸੇ ਵੀ ਕੀਮਤ 'ਤੇ ਮੁਸਲਮਾਨਾਂ ਦੇ ਕਬਜ਼ੇ ਵਿੱਚ ਨਹੀਂ ਆਉਂਦੇ ਨੇ ਪਰ ਅਲਟੀਮੇਟਲੀ ਜਦੋਂ 30,000 ਸਿੰਘ ਉੱਥੇ ਮਾਰਿਆ ਗਿਆ ਅਤੇ ਕੁਝ ਸਿੱਖਾਂ ਨੇ ਬਹਿ ਕੇ ਵਿਚਾਰ ਕੀਤੀ ਵੀ ਜੇ ਗੁਰੂ ਗ੍ਰੰਥ ਸਾਹਿਬ ਆਪਾਂ ਸਾਰੇ ਮਰ ਗਏ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਕੌਣ ਮੰਨੇਗਾ ਅਤੇ ਭਾਈ ਕਾਨ ਸਿੰਘ ਨਾਭੇ ਵਾਲਿਆਂ ਨੇ ਇਹ ਗੱਲ ਕਹੀ ਹੈ ਕਿ ਜੇ ਤੇਰਾ ਪੰਥ ਨਾ ਰਿਹਾ ਤੇਰੇ ਗ੍ਰੰਥ ਕੋ ਕੌਣ ਮੰਨੇਗਾ ਅਤੇ ਉਹਨਾਂ ਸਿੱਖਾਂ ਨੇ ਇੱਕ ਪਾਸਿਓਂ ਪਾੜ ਪਾ ਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਗਏ ਅਤੇ 6 ਮਹੀਨਿਆਂ ਬਾਅਦ ਅਹਿਮਦ ਸ਼ਾਹ ਅਬਦਾਲੀ ਨੂੰ ਫਿਰ ਜਾ ਕੇ ਟੱਕਰੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇਹ ਪੰਜਾਬ ਦਾ ਇਤਿਹਾਸ ਹੈ ਸਿੱਖਾਂ ਦਾ ਇਤਿਹਾਸ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਬਰਦਾਸ਼ਤ ਨਹੀਂ ਕਰਦਾ ਮੈਂ ਬੇਨਤੀ ਕਰਨਾ ਚਾਹੁੰਦਾ ਮੈਨੂੰ ਬਹੁਤ ਲੰਮਾ ਸਮਾਂ ਜੇਲ੍ਹ ਵਿੱਚ ਰਹਿਣ ਦਾ ਮੌਕਾ ਮਿਲਿਆ ਜਦੋਂ ਮੈਂ ਜੋਰਪੁਰ ਜੇਲ੍ਹ ਵਿੱਚ ਸੀ ਉਦੋਂ ਮੇਰੇ ਬਾਪ ਚੜ੍ਹਾਈ ਕਰ ਗਏ ਮੈਂ ਉਦੋਂ ਵੀ ਰੋਇਆ ਨਹੀਂ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਗ੍ਹਾ ਜਗ੍ਹਾ ਪੱਤਰੇ ਪਾੜੇ ਗਏ ਔਰ ਪੰਜਾਬ ਦੀਆਂ ਗਲੀਆਂ ਵਿੱਚ ਖਿਲਾਰੇ ਗਏ ਮੇਰਾ ਉਦੋਂ ਬੜਾ ਮਨ ਖਰਾਬ ਹੋਇਆ ਦਿਲ ਰੋ ਰਿਹਾ ਸੀ ਵੀ ਕਿਹੜਾ ਭਾਣਾ ਵਾਪਰ ਰਿਹਾ ਔਰ ਹਰ ਰੋਜ਼ ਘਟਨਾ ਵਾਪਰਦੀ ਸੀ ਤਕਰੀਬਨ 122 ਜਗ੍ਹਾ 'ਤੇ ਗੁਰੂ ਗ੍ਰੰਥ ਸਾਹਿਬ ਦੇ ਪੱਤਰੇ ਪਾੜ ਕੇ ਖਿਲਾਰ ਦਿੱਤੇ ਗਏ ਔਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਹੇਦਾਰ ਗੁਰਬਚਨ ਸਿੰਘ ਜਿਨ੍ਹਾਂ ਨੂੰ ਵਾਰ ਵਾਰ ਵਰਤਿਆ ਜਾ ਰਿਹਾ ਮੈਂ ਉਹਨਾਂ ਦੇ ਪਿਛੋਕੜ ਬਾਰੇ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਤੋਂ 15-20 ਸਾਲ ਪਹਿਲਾਂ ਇਹਨਾਂ ਨੂੰ ਮੁਕਤਸਰ ਗੁਰਦੁਆਰੇ ਵਿੱਚ ਉੱਥੇ ਵਰਛਾ ਫੜਨ ਦੀ ਡਿਊਟੀ ਸੀ ਇਹਨਾਂ ਕੋਲੇ ਵਰਛਾ ਫੜਨ ਤੋਂ ਬਾਅਦ ਜਦੋਂ ਵਰਛਾ ਫੜਦੇ ਸੀ ਇਹਨਾਂ ਦਾ ਇੱਕ ਲੜਕਾ ਮਨਜਿੰਦਰ ਸਿੰਘ ਬਿੱਟੂ ਹੈ ਜੀ ਉਹ ਉੱਥੇ ਕਸ਼ਹਿਰੇ ਵੇਚਣ ਵਾਸਤੇ ਉੱਥੇ ਮੰਜਾ 3 ਨੰਬਰ ਨਾਕਾ ਜਿਹੜਾ ਮੁਕਤਸਰ ਦੇ ਵਿੱਚ ਗੁਰਦੁਆਰੇ ਦੇ ਲਾਗੇ ਉੱਥੇ ਮੰਜੇ 'ਤੇ ਕਸ਼ਹਿਰੇ ਵੇਚਦਾ ਸੀ ਔਰ ਉਹ ਬੰਦਾ ਕਸ਼ਹਿਰੇ ਵੇਚਦਾ ਵੇਚਦਾ ਹੌਲੀ ਹੌਲੀ ਉਹਨਾਂ ਦੀ ਪ੍ਰਮੋਸ਼ਨ ਹੋ ਗਈ ਉਹਨਾਂ ਨੂੰ ਆਰਜੀ ਗ੍ਰੰਥੀ ਬਣਾ ਦਿੱਤਾ ਗਿਆ ਫਿਰ ਉਹਨਾਂ ਨੂੰ ਪਰਮਾਨੈਂਟ ਗ੍ਰੰਥੀ ਬਣਾ ਦਿੱਤਾ ਗਿਆ ਫਿਰ ਅਲਟੀਮੇਟਲੀ ਉਹਨਾਂ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਤਕਰੀਬਨ 2008 ਵਿੱਚ ਲਾ ਦਿੱਤਾ ਗਿਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਕਿ 2011 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫਕਰੇ ਕੌਮ ਦਾ ਖਿਤਾਬ ਦੇ ਦਿੱਤਾ ਗਿਆ ਪੰਥ ਰਤਨ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਇਹ ਗੱਲ ਜਾਣਦਾ ਹੈ ਕਿ ਅਕਾਲ ਤਖਤ ਸਾਹਿਬ ਅਤੇ ਅੰਮ੍ਰਿਤਧਾਰੀ ਲੋਕਾਂ ਨੂੰ ਸਨਮਾਨ ਕੀਤਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਨੇ 1999 ਦੇ ਵਿੱਚ ਅੰਮ੍ਰਿਤ ਛਕਿਆ ਸੀ ਜਦੋਂ ਅਕਾਲੀ ਦਲ ਦੇ ਪ੍ਰਧਾਨ ਬਣੇ ਪਰ ਜਦੋਂ ਉੱਥੇ ਸਿੰਘ ਸਾਹਿਬਾਨਾਂ ਨੇ ਪੁੱਛਿਆ ਕਿ ਬਾਦਲ ਸਾਹਿਬ ਤੁਹਾਡੀ ਘਰ ਦੀ ਨਹੀਂ ਆਈ ਉਹ ਕਹਿੰਦੇ ਜੀ ਮੇਰੀ ਘਰ ਵਾਲੀ ਤਾਂ ਮੇਰੇ ਅੱਖੇ ਨਹੀਂ ਲੱਗਦੀ ਔਰ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ ਔਰ ਅੰਮ੍ਰਿਤ ਮੈਨੂੰ ਯਕੀਨ ਹੈ ਕਿ 14 ਬੰਦੇ ਇੱਥੇ ਬੈਠੇ ਆ ਇਹਨਾਂ 'ਚੋਂ ਕੋਈ ਵੀ ਅੰਮ੍ਰਿਤਧਾਰੀ ਨਹੀਂ ਜਿਹਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਵੀ ਹੈ ਉਹਨਾਂ ਦੇ ਮੈਂਬਰ ਵੀ ਇਹਨਾਂ ਵਿੱਚੋਂ ਕਿਸੇ ਨੇ ਕਿਰਪਾਨ ਨਹੀਂ ਪਾਈ ਔਰ
इस तो पहला सरदार चरणजीत सिंह चन्नी ने पूछा कि भी प्रधान जी तो कृपाण कितने है।